ਪਹਿਲਾਂ ਮਾਲਾ ਲੈ ਆਓ ਮਾਲਾ ਲੈ ਆਓ ਬਾਹਰ ਲੋ ਜੀ ਇੱਕ ਮਿੰਟ ਹੈਲੋ ਇੱਥੇ ਹੀ ਰੱਖ ਬਾਅਦ ਚ ਕਰਦੇ ਬਾਹਰ ਗੇ ਘਰੋਣੇ ਬਾਬਾ ਕੀ ਨਾਮ ਹੈ ਹਾਂਜੀ ਮੇਰੇ ਨਾਮ ਭਾਈ ਕੁਲਦੀਪ ਸਿੰਘ ਜੀ ਹੈ ਤਖਸ਼ਿਰੀ ਦਾਸ ਦਾ ਸਾਥ ਤਰਵੰਡੀ ਸਾਹਿਬ ਹੋਵੇਖੇ ਪਰ ਕੀ ਮਾਮਲਾ ਸੀ ਸਾਰਾ ਜਿਹੜਾ ਉੱਥੇ ਡਾਣ ਸਿੰਗਲ ਹੋਇਆ ਕਿਸ ਤਰ੍ਹਾਂ ਹੋਇਆ ساری ਘਟਨਾ ਦੀ ਹਾਂਜੀ ਇਹ ਕੱਲ ਤਖਸ਼ਿਰੀ ਦਾਸ ਦਾ ਸਾਹਿਬ ਵੇਖੇ ਸਾਡੇ ਕੋਲੇ ਕੋਈ ਸੂਚਨਾ ਪਹੁੰਚੀ ਸੀ ਮਾਨਜੋਗ ਸਿੰਘ ਸਾਹਿਬ ਜੀ ਦੇ ਹਦੇਸ਼ ਦੇ ਮੁਤਾਬਕ ਸਾਡੇ ਮਾਨਜੋਗ ਇੰਚਾਰਜ ਸਾਹਿਬ ਸਾਬ ਧਰਮ ਪ੍ਰਚਾਰ ਕਮੇਟੀ ਇਹ ਸੂਬ ਪੰਜ ਪੈਰੇ ਸਵਾਲ ਉਸ ਪਿੰਡ ਵੇਖੇ ਪੜਤਾਲ ਕਰਨ ਵਾਸਤੇ ਪਹੁੰਚੇ ਸੀ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਕਿ ਉੱਥੇ ਇੱਕ ਪਿੰਡ ਦੇ ਬਾਹਰ ਬਾਹਰ ਇੱਕ ਡੇਰਾ ਬਣਿਆ ਹੋਇਆ ਜਿਹਨੂੰ ਕਿ ਦਰवेशਾਂ ਦਾ ਡੇਰਾ ਕਿਹਾ ਜਾਂਦਾ ਹੈ ਔਰ ਉਸ ਡੇਰੇ ਦੇ ਵਿੱਚ ਜਦੋਂ ਅਸੀਂ ਗਏ ਉੱਥੇ ਕਹਿੰਦੇ ਇੱਕ ਦੋ ਸਾਲ ਤੋਂ ਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਆ ਹਰ ਸਾਲ ਕੀਤੇ ਜਾਂਦੇ ਆ ਤੇ ਇਸ ਵਾਰ ਵੀ ਉਹ ਖੰਡ ਪਾਠ ਸਾਹਿਬ ਕੀਤੇ ਜਾ ਰਹੇ ਸੀ ਤਕਰੀਬਨ 6ਵਾਂ ਖੰਡ ਪਾਠ ਸਾਹਿਬ ਜਿਹੜਾ ਚੱਲ ਰਿਹਾ ਸੀ ਲੜੀ ਦਾ ਤੇ ਉਹ ਅਖੰਡ ਪਾਠ ਦੇ ਸਾਹਿਬ ਦੇ ਦੌਰਾਨ ਇੱਕ ਕੋਈ ਪਾਠੀ ਸਿੰਘ ਸੀ ਉਹਦਾ ਨਾਂ ਧਰਮ ਸਿੰਘ ਸੀ ਤੂਰੀ ਦੇ ਲਾਗੇ ਦਾ ਕੋਈ ਰਹਿਣ ਵਾਲਾ ਸੀ ਉਹ ਤੇ ਪਿੰਡ ਦੇ ਕੁਝ ਸੇਵਾਦਾਰਾਂ ਵੱਲੋਂ ਜਦੋਂ ਉਹਨਾਂ ਨੂੰ ਸ਼ੱਕ ਸੀਗਾ ਉਹ ਤੇ ਪਹਿਲਾਂ ਹੀ ਉਹਦੇ ਕਵਰੇ ਦੇ ਵਿੱਚ ਜਾ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਹਦੇ ਬੈਗ ਦੇ ਵਿੱਚੋਂ ਕਹਦੇ ਕਿ ਸ਼ਰਾਬ ਦੀ ਬੋਤਲ ਇੱਕ ਬਰਾਮਦ ਹੋਈ ਤੇ ਮੌਕੇ ਤੇ ਉਹਨਾਂ ਵੱਲੋਂ ਵੀਡੀਓ ਵਗੈਰਾ ਵੀ ਉਹਦੀ ਬਣਾਈ ਗਈ ਸੋ ਇਸ ਦੀ ਪੜਤਾਲ ਕਰਨ ਵਾਸਤੇ ਅਸੀਂ ਉੱਥੇ ਪਹੁੰਚੇ ਸੀ ਤੇ ਉੱਥੇ ਜਾ ਕੇ ਉਹ ਪਾਠੀ ਸਿੰਘ ਤਾਂ ਪਹਿਲਾ ਮੌਕੇ ਤੇ ਹੀ ਉਤੋਂ ਭੱਜ ਗਿਆ ਸੀ ਤੇ ਜਿਹੜਾ ਉੱਥੋਂ ਦਾ ਮੌਜੂਦਾ ਮੁਖੀ ਹੈ ਬਾਬਾ ਬਖਤੌਰ ਸਿੰਘ ਉਹਦੇ ਨਾਲ ਅਸੀਂ ਗੱਲਬਾਤ ਕੀਤੀ ਪੂਰਾ ਪ੍ਰਸ਼ਾਸਨ ਵੀ ਉੱਥੇ ਆਇਆ ਹੋਇਆ ਸੀਗਾ ਪਿੰਡ ਵਾਸੀ ਵੀ ਪੂਰੀ ਨਗਰ ਪੰਚਾਇਤ ਉੱਥੇ ਮੌਜੂਦ ਸੀ ਉੱਥੇ ਜਾ ਕੇ ਜਦੋਂ ਅਸੀਂ ਬਖਤੌਰ ਸਿੰਘ ਨੂੰ ਪੁੱਛਣਾ ਕੀਤਾ ਤਾਂ ਪਹਿਲਾਂ ਤਾਂ ਉਹ ਮੰਨਿਆ ਨਾ ਮੁੜ ਕੇ ਜਦੋਂ ਦੁਬਾਰਾ ਅਸੀਂ ਸਖਤੀ ਦੇ ਨਾਲ ਉਹ ਤੋਂ ਪੁੱਛ ਪੜਤਾਲ ਕੀਤੀ ਤੇ ਉੱਥੇ ਹੋਰ ਤਲਾਸ਼ੀ ਲਈ ਗਈ ਤਾਂ ਇੱਕ ਉਸ ਬਾਬੇ ਦੇ ਕਮਰੇ ਦੇ ਵਿੱਚੋਂ ਪਾਵਨ ਗੁਰਬਾਣੀ ਦੀਆਂ ਪੋਥੀਆਂ ਵੀ ਇਤਰਾਜੋਗ ਹਾਲਤ ਦੇ ਵਿੱਚ ਮਿਲੀ ਇੱਕ ਪੰਜ ਗ੍ਰੰਥੀ ਸਾਹਿਬ ਪਾਵਨ ਪੋਥੀ ਸਾਹਿਬ ਉਹ ਵੀ ਕੁਝ ਹੰਗੋ ਦੇ ਉਖੜੇ ਹੋਏ ਸਨ ਉੱਪਰੋਂ ਜਲਦ ਹੈ ਨਹੀਂ ਸੀ ਉਹਦੀ ਸੋ ਇਸ ਕਰਕੇ ਉਹ ਬਹੁਤ ਅਵਗਿਆ ਹੋ ਰਹੀ ਹੈ ਉੱਥੇ ਗੁਰਬਾਣੀ ਦੀ ਤਾਂ ਉੱਥੇ ਅਸੀਂ ਤੁਰੰਤ ਉੱਥੇ ਐਕਸ਼ਨ ਲਿਆ ਔਰ ਮਾਝੋ ਸਹਿਬ ਜੀ ਨੇ ਵਿਚਾਰ ਕਰਕੇ ਜਿਹੜੇ ਪਾਵਨ ਦੋ ਸਰੂਪ ਸੀਗੇ ਉੱਥੇ ਇੱਕ ਗੁਰਦਵਾਰਾ ਸਾਹਿਬ ਤੋਂ ਲਿਆਂਦਾ ਗਿਆ ਸੀ ਇੱਕ ਉੱਥੇ ਪਹਿਲਾਂ ਹੀ ਪੱਕੇ ਤੌਰ ਤੇ ਸੀਗਾ ਉਹ ਸਰੂਪਾ ਨੂੰ ਅਸੀਂ ਤੁਰੰਤ ਗੁਰਦਵਾਰਾ ਸਾਹਿਬ ਵਿਖੇ ਤੇ ਜੜੀਆਂ ਪੋਥੀਆਂ ਸੀਗੀਆਂ ਉਹਨਾਂ ਨੂੰ ਪਾਲਕੀ ਸਾਹਬ ਦੇ ਰਾਹੀਂ ਪਹੁੰਚਾ ਦਿੱਤਾ ਗਿਆ ਔਰ ਉਸ ਬਾਬੇ ਨੂੰ ਬਖਤੌਰ ਸਿੰਘ ਨੂੰ ਔਰ ਪੋਰਸ ਦੇ ਹਵਾਲੇ ਕਰ ਦਿੱਤਾ ਗਿਆ ਔਰ ਜਿਹੜੇ ਦੂਸਰੇ ਵੀ ਸੀਗੇ ਬੰਦੇ ਉਹਨਾਂ ਤੇ ਵੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਸਾਰੀ ਰਿਪੋਰਟ ਅਸੀਂ ਜਸੇਦਾਰ ਤਖਸ਼ੀ ਦਾਉ ਦਾ ਸੌ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੌਂਪ ਰਹੇ ਹਾਂ ਔਰ ਸਾਡੀ ਹੀ ਮੰਗ ਹੈ ਵੀ ਇਹੋ ਜਿਹੇ ਮਨਮਤ ਵਾਲੇ ਲੋਕਾਂ ਤੇ ਜਿਹੜੇ ਗੁਰਬਾਣੀ ਦੀ ਕਮਾਈ ਖਾਂਦੇ ਆ ਔਰ ਗੁਰਬਾਣੀ ਦਾ ਨਰਾਦਰ ਕਰਦੇ ਆ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ